सशिकाल जी गुड मॉर्निंग वेलकम बैक टू आवर चैनल आई होप ਤੁਸੀਂ ਸਾਰੇ ਜਨੇ ਵਧੀਆ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਸੋ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਨੋਟੀਫਿਕੇਸ਼ਨ ਵਾਲਾ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਜਦੋਂ ਵੀ ਮੈਂ ਵੀਡੀਓ ਪਾਵਾਂ ਤਾਂ ਉਹ ਜਲਦੀ ਮਿਲ ਸਕੇ ਸੋ ਮੇਰਾ ਵਲੌਗ ਸਟਾਰਟ ਹੋ ਗਿਆ ਸੀ ਸਵੇਰੇ 9:00 ਵਜੇ ਤੇ ਆਪਣਾ ਅੱਜ ਦਿਨ ਸੋਮਵਾਰ ਸੀਗਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੇਰਾ ਵਲੌਗ ਸਟਾਰਟ ਹੁੰਦਾ ਜਦੋਂ ਮੇਰੀ ਬੇਟੀ ਤੇ ਮੇਰੇ ਹਸਬੰਡ ਸਕੂਲ ਚ ਸਕੂਲ ਗੈਰ ਰਹੀ ਹੈ ਮੇਰੀ ਬੇਟੀ ਸਕੂਲ ਚਲ ਜਾਂਦੀ ਹੈ ਤੇ ਮੇਰੇ ਹਸਬੰਡ ਸ਼ਾਪ ਤੇ ਚਲੇ ਕਿਉਂਕਿ ਉਦੋਂ ਮੇਰਾ ਮਾਇਨਾ ਥੋੜਾ ਫਰੈਸ਼ ਹੋ ਜਾਂਦਾ ਕਿ ਹਾਂ ਹੁਣ ਕੋਈ ਟੈਨਸ਼ਨ ਨਹੀਂ ਹੁਣ ਆਪਣਾ ਰੁਟੀਨ ਸ਼ੇਅਰ ਕਰਨਾ ਤੁਹਾਡੇ ਸਾਰਿਆਂ ਨਾਲ ਫਿਰ ਕਰ ਲੈਣੀ ਹੁੰਨੀ ਆ ਤੇ ਬਸ ਹੁਣ ਇੱਥੇ ਮੈਂ ਆਪਣਾ ਬਰਤਨ ਵਗੈਰਾ ਸਾਫ ਕਰ ਰਹੀ ਸੀ ਤੇ ਸਾਰਿਆਂ ਦਾ ਨਾਸ਼ਤਾ ਹੋ ਗਿਆ ਉਹ ਹੀ ਸਾਡਾ ਸਾਰਿਆਂ ਦਾ ਉਸ ਤੋਂ ਬਾਅਦ ਫਿਰ ਬਰਤਨ ਵਗੈਰਾ ਸੀ ਮੈਂ ਚੱਲ ਬਰਤਨ ਸਾਫ ਕਰ ਦੇਣੀਆਂ ਨਾ ਲੈ ਤੁਹਾਡੇ ਨਾਲ ਹਨਾ ਵੀਡੀਓ ਸ਼ੇਅਰ ਕਰ ਲੈਣੀਆਂ ਸੋ ਬਾਕੀ ਤੁਸੀਂ ਸਾਰੇ ਜਣੇ ਸੁਣਾਓ ਮੈਂ ਅੱਜ ਬਣਾਈ ਸੀ ਕੜੀ ਤੇ ਕਿਉਂ ਕੜੀ ਮੈਂ ਅੱਜ ਸਵੇਰੇ ਸਵੇਰੇ ਬਣਾ ਲਈ ਸੀ 8:00 ਵਜੇ ਮੈਂ ਕੜੀ ਬੰਨੇ ਰੱਖਤੀ ਹੋਈ ਸੀ ਕਿਉਂਕਿ ਅੱਗੇ ਤੁਹਾਨੂੰ ਪਤਾ ਲੱਗੇ ਜਿਹੜਾ ਬ੍ਰਦਰ ਆ ਪਿਛਲੀ ਵਾਰ ਆਇਆ ਸੀਗਾ 10 ਦਿਨ ਪਹਿਲਾਂ ਉਹਦਾ ਆਪਰੇਟ ਹੋਇਆ ਸੀਗਾ ਹੁਣ ਉਸ ਤੋਂ ਬਾਅਦ ਨਾ ਉਹਦੇ ਇਨਫੈਕਸ਼ਨ ਵਗੈਰਾ ਆਈ ਹੈ ਤੇ ਉਹ ਹਸਪੀਟਲ 'ਚ ਸੀਗਾ ਤੇ ਫਿਰ ਉਹਦੀ ਉਹਨਾਂ ਦੀ ਰੋਟੀ ਭੇਜਣੀ ਸੀ ਤਾਂ ਕਰਕੇ ਅੱਜ ਮੈਂ ਸਵੇਰੇ ਕੜੀ ਬਣਾ ਲਈ ਸੀਗੀ ਪਹਿਲਾਂ ਐਵੇਂ ਸੀਗਾ ਕਿ ਨਾਸ਼ਤਾ ਪੇ ਜਨ ਬਰબાદ ਦੇ ਵਿੱਚ ਉਹਨਾਂ ਦਾ ਫੋਨ ਆ ਗਿਆ ਸੀ ਨਾਸ਼ਤਾ ਕੋਈ ਹੋਰ ਲੈ ਕੇ ਆ ਰਿਹਾ ਫਿਰ ਮੈਂ ਨਾਸ਼ਤਾ ਕੈਨਸਲ ਕਰਕੇ ਮੈਂ ਕਿਹਾ ਚਲੋ ਦੁਪਹਿਰੇ ਪੇ ਜੂਂਗੀ ਫਿਰ ਮੈਂ ਦੁਪਹਿਰੇ ਕੜੀ ਕੜੀ ਚਾਵਲ ਤੇ ਨਾਲ ਰੋਟੀਆਂ ਭੇਜਦੀਆਂ ਸੀਗੀਆਂ ਤੇ ਉਹਦੇ ਵਾਸਤੇ ਮੇਰੇ ਭਰਾ ਵਾਸਤੇ ਮੈਂ ਦਲੀਆ ਵਗੈਰਾ ਬਣਾ ਲਿਆ ਸੀਗਾ ਅੱবি ਚਲੋ ਨੇਟਲਿਕ ਕੁਇਰੀ ਖਾਲਾ ਸੀ ਤੇ ਬਸ ਜੋ ਮੇਰੇ ਤੋਂ ਬਣ ਪਾਇਆ ਹਨ ਜਿੰਨਾ ਹੋ ਪਾਇਆ ਮੈਂ ਜ਼ਰੂਰ ਕੀਤਾ ਤੇ ਬਾਕੀ انا ਉਸ ਪਹਿਲਾਂ ਇੱਥੇ ਮੈਂ ਬਰਤਨ ਸਾਫ ਕਰ ਰਹੀ ਸੀ ਤੇ ਮੇਰੇ ਬਰਤਨ ਸਾਫ ਕਰਨ ਤੋਂ ਬਾਅਦ ਮੈਂ ਨਾਲ ਹੀ ਸਾਰੇ ਸ਼ਿੰਕ ਵਗੈਰਾ ਨੂੰ ਚੰਗੀ ਤਰ੍ਹਾਂ ਸਾਫ ਕਰ ਦੂੰਗੀ ਮੇਰਾ ਪਹਿਲਾ ਕੰਮ ਇਹ ਹੁੰਦਾ ਹੈ ਜਦੋਂ ਮੈਂ ਬਰਤਨ ਸਾਫ ਕਰ ਦਿਆਂ ਨਾਲ ਦੀ ਨਾਲ ਮੈਂ ਸ਼ਿੰਕ ਸਾਫ ਕਰ ਦਿੰਨੀ ਆ ਨਾਲ ਦੀ ਨਾਲ ਮੈਂ ਸਾਰੀਆਂ ਸਲੇਬ ਲਿਖ ਰਹੀ ਹੋਊਗੀ ਤੁਹਾਨੂੰ ਸਾਹਮਣੇ ਸਾਈਡ ਤੇ ਸਾਰੇ ਸਾਰੇ ਪਾਸੇ ਮੈਂ ਚੰਗੀ ਤਰ੍ਹਾਂ ਕਪੜਾ ਮਾਰ ਦਿੰਨੀ ਆ ਮੈਨੂੰ ਐਵੇਂ ਹੋ ਜਾਂਦਾ ਕਿ ਇਹਨੂੰ ਵੀ ਚੰਗੀ ਤਰ੍ਹਾਂ ਸਾਫ ਕਰ ਲਾਂ ਵੀ ਚਲੋ ਜਿੰਨਾ ਹੋਣਾ ਆਪਣਾ ਕੰਮ ਬੜੇ ਤਾਂ ਹੋਏ ਆ ਵੀ ਜਿੰਨਾ ਕਰ ਲ ਜਦੋਂ ਨਿਕਲ ਜੀ ਇਹ ਬਾਹਰ ਵਾਲੀ ਸਫਾਈਆਂ ਚ ਲੱਗ ਜੇ ਫਿਰ ਕਿਚਨ ਜ ਨਹੀਂ ਬੜਿਆ ਜਾਂਦਾ ਹਨ ਫਿਰ ਕਿਚਨ ਵਾਲੇ ਰਹਿ ਜਾਂਦੇ ਤੇ ਮੈਂ ਜੇ ਬਾਹਰਲਾ ਕਰਨ ਲੱਗੀ ਮੰਨ ਲਓ ਬਾਹਰਲਾ ਕਰਦੇ ਕਰਦੇ ਵਿੱਚੋਂ ਕੋਈ ਮੈਨੂੰ ਕੰਮ ਪੈ ਗਿਆ ਉੱਠ ਗਈ ਤਾਂ ਫਿਰ ਉਹ ਕੰਮ ਦਾ ਬੇਸ ਨਹੀਂ ਬੰਦਾ ਹਨ ਇੱਕ ਵਾਰ ਆਪਣਾ ਮੋਜਾ ਉਹ ਜਾਂਦਾ ਹੈ ਉਧਰ ਨੂੰ ਵੀ ਜਿੱਧਰ ਮੱਝ ਲਗਾ ਲਈਏ ਜੇ ਤੇ ਬਸ ਹੁਣ ਇੱਥੇ ਨਾ ਮੈਂ ਆਪਣਾ ਕਿਚਨ ਵਗੈਰਾ ਜਿਹੜਾ ਬਰਤਨ ਵਗੈਰਾ ਮੰਨ ਜੇ ਸਿੰਕ ਨੂੰ ਚੰਗੀ ਤਰ੍ਹਾਂ ਸਾਫ਼ ਕਰ ਰਹੀ ਸੀ ਤੇ ਮੈਂ ਕਿਹਾ ਚਲੋ ਸਿੰਕ ਨੂੰ ਇਹ ਹੋ ਜਾਂਦਾ ਕਿ ਜੇ ਸਿੰਕ ਚੰਗੀ ਤਰ੍ਹਾਂ ਸਾਫ਼ ਹੋਊਗੀ ਤਾਂ ਚਮਕਾ ਲੱਗ ਜਾਂਦੀ ਹੈ ਨਹੀਂ ਤਾਂ ਆਪਾਂ ਨਾ ਜਿਵੇਂ ਭਾਂਡੇ ਵਗੈਰਾ ਮਾਂਜਦੇ ਆ ਸਬਜੀ ਹੋਊਗੀ ਤਾਂ ਉਹ ਨਿਸ਼ਾਨ ਜੇ ਬੁਰੇ ਲੱਗਤੇ ਹੈਗੇ ਤੇ ਬਸ ਇੱਥੇ ਨਾਲ ਤੁਸੀਂ ਸਾਹਮਣੇ ਦੇਖ ਰਹੇ ਹੋਵਾਂਗੇ ਅਸੀਂ ਨਾ ਸੈਲਫ ਤੇ ਕੱਪੜਾ ਮੰਮੀ ਦਾ ਬੁਟੀਕ ਦਾ ਕੰਮ ਹੈ ਤਾਂ ਸਾਰਿਆਂ ਨੂੰ ਪਤਾ ਜਿਵੇਂ ਪੀਸ ਵਗੈਰਾ ਬਚ ਜਾਂਦੇ ਨੇ ਤਾਂ ਮੰਮੀ ਨੇ ਨਾ ਸੀ ਕੇ ਦਿੱਤਾ ਉਹ ਕੱਪੜਾ ਮੰਮੀ ਕਹਿੰਦੇ ਇੱਥੇ ਬਲਾ ਲੈਣੇ ਆਪਾਂ ਤਾਂ ਮੰਮੀ ਨੇ ਇੱਥੇ ਲਗਾਤਾ ਤੇ ਮੰਮੀ ਨੇ ਸਾਰੇ ਡੱਬੇ ਡੁੱਬੇ ਵੀ ਚੰਗੀ ਤਰ੍ਹਾਂ ਚਮਕਾਤੇ ਸਾਫ਼ ਕਰਤੇ ਮੇਰਾ ਕਿਚਨ ਮੰਮੀ ਨੇ ਇੱਕ ਵਾਰ ਚੰਗੀ ਤਰ੍ਹਾਂ ਸਾਫ਼ ਕਰਤਾ ਬਟ ਫਿਰ ਵੀ ਦਿਵਾਲੀ ਦੇ ਨੇੜੇ ਆਪਾਂ ਥੋੜੀ ਜੀ ਡੀਪ ਕਲੀਨਿੰਗ ਕਰਾਂਗੇ ਘਰ ਦੀ ਕਿਉਂਕਿ ਉਹ ਤਾਂ ਆਪਾਂ ਹਰ ਕੋਈ ਕਰਦਾ ਦਿਵਾਲੀ ਨੇੜੇ ਤਾਂ ਆਪਾਂ ਵੀ ਜ਼ ਤੇ ਇੱਥੇ ਨਾ ਮੈਂ ਆਪਣਾ ਸਲੇਬ ਸਾਫ ਕਰ ਰਹੀ ਸਾਰੀ ਤੇ ਰੋਟੀ ਵਗੈਰਾ ਬਣਾਈ ਹੋਈ ਸੀ ਤਾਂ ਮੈਂ ਕਿਹਾ ਜੋ ਵੀ ਹਨਾ ਧੂੜਾ ਵਗੈਰਾ ਲੱਗਿਆ ਚੰਗੀ ਤਰ੍ਹਾਂ ਸਾਫ ਕਰ ਦੇਣੀ ਹੈ ਤੇ ਉਹ ਪਤਲੇ ਵਿੱਚ ਬਣਾਈ ਹੋਈ ਸੀ ਮੈਂ ਕੜੀ ਤੇ ਏਡਾ ਪਤਲਾ ਭਰ ਕੇ ਮੈਂ ਕੜੀ ਬਣਾਈ ਸੀਗੀ ਤੇ ਬਸ ਇੱਥੇ ਨਾ ਮੈਂ ਨਾਲ ਹੀ ਆਪਣਾ ਗੈਸ ਚੁੱਲਾ ਜਿਹੜਾ ਸਾਫ਼ ਕਰ ਦੂੰ ਚੰਗੀ ਤਰ੍ਹਾਂ ਕਿਉਂਕਿ ਇਹ ਵੀ ਆਪਣਾ ਡੇਲੀ ਦਾ ਕਿਚਨ ਦਾ ਹੀ ਕੰਮ ਹੈ ਹਨਾ ਜਿਹੜਾ ਆਪਾਂ ਕਰਨਾ ਹੁੰਦਾ ਵੈਸੇ ਆਪਣੀ ਕਿਚਨ ਨੂੰ ਜਿੰਨਾ ਆਪਸ ਆਪ ਸੁੱਧਰਾ ਰੱਖ ਸਕੀ ਉਹਨਾਂ ਰੱਖਣਾ ਚਾਹੀਦਾ ਕਿਉਂਕਿ ਇਹ ਵੀ ਆਪਣਾ ਇੱਕ ਲਾਈਫ ਦਾ ਪਾਰਟ ਹੈ ਇੱਕ ਕੀ ਪਾਰਟ ਕੀ ਇਹ ਤਾਂ ਹੈ ਹੀ ਮੇਨ ਆਪਣੀ ਜ਼ਿੰਦਗੀ ਦੇ ਵਿੱਚ ਮੰਨ ਲਓ ਆਪਾਂ ਕੋਈ ਵੀ ਕੰਮ ਹੋਰ ਸਫਾਈਆਂ ਛੱਡਦਾ ਹੈ ਕੁਝ ਹੋਰ ਵੀ ਛੱਡ ਦਾਂਗੇ ਬਟ ਜਿਹੜਾ ਆਪਣਾ ਕਿਚਨ ਹੈ ਨਾ ਜਿੱਥੇ ਆਪਾਂ ਖਾਣਾ ਬਣਾਣਾ ਹੈ ਖਾਣਾ ਖਾਣਾ ਹੈ ਪੇਟ ਤਾਂ ਆਪਾਂ ਪੇਟ ਭਰਨ ਵਾਸਤੇ ਆਪਾਂ ਕਿੰਨੇ ਕੰਮ ਕਰਦੇ ਹਾਂ ਨਾ ਇਹ ਕਰਨਾ ਉਹ ਕਰਨਾ ਇੱਕ ਪੇਟ ਵਾਸਤੇ ਪੇਟ ਵਾਸਤੇ ਰੱਬ ਕਿੰਨੇ ਆਪਣੇ ਤੋਂ ਕੰਮ ਕਰਾਂਦਾ ਆਪਾਂ ਕਿੰਨੇ ਕੁਝ ਕਰਦੇ ਆਂ ਕਦੇ ਆਹ ਕਰ ਕਦੇ ਉਹ ਕਰ ਹਨਾ ਤੇ ਬਸ ਇਹੀ ਹੁੰਦਾ ਕਿ ਜਿਹੜਾ ਆਪਣਾ ਕਿਚਨ ਆ ਉਹ ਵੀ ਹਮ ਸਾਫ਼ ਰਹਿਣਾ ਚਾਹੀਦਾ ਹੈ ਆਪਣਾ ਪਹਿਲਾ ਕੰਮ ਕਿਚਨ ਤੇ ਦੂਜਾ ਆਪਣੇ ਘਰ ਦੀ ਸਾਫ਼ ਸਫਾਈ ਹਨਾ ਇਹ ਆਪਾਂ ਨੂੰ ਰੱਖਣੀ ਜ਼ਰੂਰੀ ਹੈ ਕਿਉਂਕਿ ਆਪਣਾ ਜਿਹੜਾ ਵਾਤਾਵਰਣ ਚੰਗਾ ਹੋਏਗਾ ਤੇ ਆਪਾਂ ਨੂੰ ਵੀ ਅੱਛਾ ਫੀਲ ਹੋਏਗਾ ਤੇ ਅੱਛੀ ਹਵਾ ਤਾਜੀ ਤਾਜੀ ਸੋਹਣੀ ਲੱਗੂਗੀ ਜੇ ਉਦੋਂ ਆਪਾਂ ਗੰਦਗੀ 'ਚ ਬੈਠੇ ਰਵਾਂਗੇ ਤਾਂ ਬਿਲਕੁਲ ਵੀ ਚੰਗਾ ਲੱਗੂਗਾ ਸੋ ਸਾਰੇ ਜਣੇ ਆਪਣੇ ਹਨਾ ਸਾਫ਼-ਸਾਫ਼ ਸਫਾਈਆਂ ਕਰਦੇ ਰਿਹਾ ਕਰੋ ਆਪਣਾ ਧਿਆ ਮੈਨੂੰ ਵੀ ਕਮੈਂਟ ਕਰਿਆ ਕਰੋ ਵੀਡੀਓ ਦੇਖਿਆ ਕਰੋ ਤੇ ਮੇਰਾ ਵੀ ਵਾਚ ਟਾਈਮ ਪੂਰਾ ਕਰੋ ਯਾਰ ਤੁਸੀਂ ਸਾਰੇ ਜਣੇ ਰਲ ਮਿਲ ਕੇ ਮੈਨੂੰ ਵੀ ਸਪੋਰਟ ਕਰੋ ਮੈਂ ਤੁਹਾਡੇ ਸਾਰਿਆਂ ਵਾਸਤੇ ਇਨੀ ਮਿਹਨਤ ਕਰਦੀ ਆ ਡੇਲੀ ਵਲੌਗ ਬਣਾਉਣੀ ਆ ਡੇਲੀ ਹਰ ਰੋਜ਼ ਬਿਨਾ ਸਕਿੱਪ ਕਰੇ ਹਾਂ ਨਾ ਮੈਂ ਬਹੁਤ ਮਿਹਨਤ ਕਰਦੇ ਆ ਤੁਹਾਡੇ ਸਾਰਿਆਂ ਲਈ ਵੀਡੀਓ ਬਣਾਉਣੀ ਹੈਗੀ ਤੇ ਪਲੀਜ਼ ਮੈਨੂੰ ਥੋੜਾ ਜਿਹਾ ਹੋਰ ਜਿਆਦਾ ਇਸ ਤੋਂ ਵੀ ਜ਼ਿਆਦਾ ਸਪੋਰਟ ਤਾਂ ਕਰ ਰਹੇ ਮੈਂ ਨਹੀਂ ਕਰੀ ਨਹੀਂ ਕਰ ਰਹੇ ਬਟ ਇਸ ਤੋਂ ਵੀ ਜ਼ਿਆਦਾ ਕਰੋ ਤੇ ਇੱਥੇ ਨਾ ਮੈਂ ਆਪਣਾ ਫਿਲਟਰ ਵਗੈਰਾ ਸਾਫ਼ ਕਰ ਰਹੀ ਸੀ ਤੇ ਫਿਲਟਰ ਤੇ ਮੈਨੂੰ ਥੋੜੀ ਜਿਹੀ ਮਿੱਟੀ ਲੱਗੀ ਮੈਂ ਕਿਹਾ ਚਲ ਕਰ ਲੈਣੀ ਹੈਗੀ ਨਾ ਪਹਿਲਾਂ ਚੰਗੀ ਜਿ ਸਟੀਲ ਬੋਲਾਂ ਸਾਫ਼ ਕਰਿਆ ਉਸ ਤੋਂ ਬਾਅਦ ਫਿਰ ਗਰਫ ਕੱਪੜਾ ਲੈ ਕੇ ਆਉਂਦੇ ਨਾਲ ਸਾਫ਼ ਕਰਿਆ ਸਾਰਾ ਦੇ ਨਾਲ ਹੀ ਸਲੈਬ ਵਗੈਰਾ ਚੰਗੀ ਤਰ੍ਹਾਂ ਸਾਫ ਕਰ ਦੂੰਗੀ ਮੇਰੇ ਤੋਂ ਨਾ ਜਦੋਂ ਵੀ ਮੈਂ ਕੰਮ ਕਰ ਰਹੀ ਹਾਂ ਵਾ ਜਿਹੜਾ ਮੈਨੂੰ ਕੰਮ ਦਿੱਸਦਾ ਜਾਂਦਾ ਮੈਂ ਨਾਲ ਦੀ ਨਾਲ ਕਰਦੀ ਰਹਿਣੀ ਆ ਮੈਂ ਕਦੇ ਵੀ ਇਹ ਸੋਚਿਆ ਨਹੀਂ ਕਿ ਮੈਂ ਅੱਜ ਇਹ ਕਰਨਾ ਹੈ ਜਾਂ ਕੱਲੋ ਕਰਨਾ ਹੈ ਪਰ ਸਵੇ ਮੈਂ ਕਦੇ ਆਪਣੇ ਨਾ ਕੰਮ ਨੂੰ ਸੋਚ ਕੇ ਨਹੀਂ ਸੁੱਤੀ ਸਵੇਰੇ ਉੱਠ ਕੇ ਹੀ ਪਤਾ ਚੱਲਦਾ ਮੈਨੂੰ ਆਹ ਕੰਮ ਹੁਣ ਕਰਨਾ ਹੈ ਆਹ ਹੁਣ ਕਰਨਾ ਹੈ ਕਈ ਹੁੰਦੇ ਨੇ ਹਨਾ ਜਿਉ ਮੰਨ ਲਓ ਜਿਹੜੇ ਜੋਬ ਕਰਦੇ ਨੇ ਉਹ ਤਾਂ ਰਾਤ ਨੂੰ ਸੋਚ ਕੇ ਸੌਂਦੇ ਆ ਉਹ ਇਹ ਵੀ ਸੋਚਦਾ ਕਿ ਸਬਜ਼ੀ ਕੀ ਬਣਾਣੀ ਆ ਕੀ ਕਰਨਾ ਹੈ ਹਨਾ ਆਪਾਂ ਕੁਝ ਨਹੀਂ ਸੋਚਦੇ ਆਪਾਂ ਨੂੰ ਸਵੇਰੇ ਉੱਠ ਕੇ ਪਤਾ ਲੱਗਦਾ ਕਿ ਆਹ ਕਰਨਾ ਉਹ ਕਰਨਾ ਉਹ ਕਦੇ ਵੀ ਸੇਮ ਨਹੀਂ ਮਿਲੂਗਾ ਹਮੇਸ਼ਾ ਅਲੱਗ ਤੋਂ ਅਲੱਗ ਹਨਾ ਬਸ ਹੁਣ ਇੱਥੇ ਨਾ ਮੈਂ ਆਪਣਾ ਫਿਲਟਰ ਵਗੈਰਾ ਸਾਫ਼ ਕਰਨ ਲੱਗ ਰਹੀ ਸੀਗੀ ਤੇ ਫਿਲਟਰ ਸਾਫ਼ ਕਰਨ ਤੋਂ ਬਾਅਦ ਫਿਰ ਮੇਨੇ ਬਾਲ ਨੇ ਸਫਾਈਆਂ ਹੋ ਜਾਈਆਂ ਜਿਵੇਂ ਮੰਨ ਲਓ ਜਿਵੇਂ ਹਾਲੇ ਮੇਰਾ ਰੂਮ ਹਨਾ ਜਿਵੇਂ ਮੈਂ ਰਸੋਈ ਦਾ ਨਿਬੇੜ ਕੇ ਆਈ ਆਪਣੇ ਰੂਮ ਦੇ ਵਿੱਚ ਆ ਗਈ ਤੇ ਰੂਮ ਦੇ ਵਿੱਚ ਮੈਂ ਚੱਦਰਾਂ ਵਗੈਰਾ ਚੱਕਤੀਆਂ ਸੀ ਤੈਹ ਕਰਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਮੈਂ ਜੇ ਮੇਰੀ ਡੀਪ ਕਲੀਨਿੰਗ ਕਰ ਸੀਗੀ ਤੇ ਇਹ ਨਾ ਮੈਂ ਥੋੜਾ ਕੱਪੜਾ ਇੱਥੇ ਗਿੱਲਾ ਕਰਿਆ ਸੀਗਾ ਉਹਦੇ ਨਾਲ ਡੀਪ ਕਲੀਨਿੰਗ ਕਰ ਰਹੀ ਸੀ ਮੰਨ ਲਓ ਕਿ ਤਰ੍ਹਾਂ ਆਪ ਕੱਪੜਾ ਜੇ ਲੈ ਲੈਣਾ ਨਹੀਂ ਉਹ ਨਾਲ ਝਾਰਪੁੰਜ ਕਰ ਦਿੰਦੀ ਆ ਜਿਹੜੀ ਮਿੱਟੀ ਹੁੰਦੀ ਹੈ ਤੇ ਅੱਜ ਮੈਂ ਇਹ ਜਿਹੀ ਕਰਤੀ ਵੀ ਚਲੋ ਹੋ ਗਏ ਹਨਾ। ਜਿਵੇਂ ਹੀ ਹਣਾ ਮੈਂ ਆਪਣੇ ਰੂਮ ਦੇ ਡਿਪ ਕਲੀਨਿੰਗ ਕਰੂੰਗੀ ਸਾਰੀ ਉਸ ਤੋਂ ਬਾਅਦ ਫਿਰ ਮੈਂ ਬੈੱਡ ਸ਼ੀਟ ਨੂੰ ਵਿਸ਼ਾਨ ਲੱਗ ਜੂੰਗੀ ਤੇ ਬੈੱਡ ਸ਼ੀਟ ਝਾੜ ਕੇ ਚੰਗੀ ਤਰ੍ਹਾਂ ਲਾਈ ਸੀ ਮੈਂ ਬਾਹਰੋਂ ਬਾਹਰ ਹੀ ਝਾੜਿਆ ਸੀ ਮੈਂ ਕਿ ਚਲ ਹੁਣ ਕੀ ਰੂਮ ਚ ਝਾੜੂੰਗੀ ਤਾਂ ਬਾਹਰੋਂ ਝਾੜ ਕੇ ਲਾਈ ਸੀਗੀ ਤੇ ਬਸ ਇੱਥੇ ਬੈੱਡ ਸ਼ੀਟ ਮੈਂ ਵਿਸ਼ਾ ਰਹੀ ਸੀਗੀ ਤੇ ਬੈੱਡ ਸ਼ੀਟ ਦੇ ਅਨੁਸਾਰ ਨੂੰ ਬਤ ਮੈਂ ਪੂਰੀ ਚੰਗੀ ਤਰ੍ਹਾਂ ਵਿਸ਼ਾਨੀ ਮੈਨੂੰ ਐ ਹੁੰਦਾ ਇਧਰੋਂ ਕੋਨਾ ਨਾ ਬਾਰ ਹੋਏ ਜਾਂ ਉਧਰੋਂ ਨਾ ਹੋਏ ਫਿਰ ਮੈਂ ਦੇਖ ਕੇ ਵਿਸ਼ਾਉਣੀ ਆ ਇਧਰ ਉਧਰ ਦੇਖੀ ਜਾਊਂਗੀ ਕਿ ਹਾਂ ਇਧਰੋਂ ਸਹੀ ਹੈ ਜਾਂ ਉਧਰੋਂ ਸਹੀ ਹੈ ਪਤਾ ਕੀ ਕਰਾਂ ਪਰ ਮੋਕਸ਼ੀ ਚਦਰਾਂ ਬਹੁਤ ਖਰਾਬ ਕਰ ਦਿੰਦੀ ਹੈ ਉਹ ਦੇ ਕਰਕੇ ਫਿਰ ਮੈਨੂੰ ਜਿਹਨੇ ਡਾਰਕ ਨੇ ਉਹ ਵਿਛਾਣੀਆਂ ਪੈਂਦੀਆਂ ਨੇ ਨਹੀਂ ਮੈਨੂੰ ਲਾਈਟ ਬਹੁਤ ਸੋਹਣੀਆਂ ਲੱਗਦੀਆਂ ਨੇ ਲਾਈਟ ਨਾਲ ਆਪਣੇ ਰੂਮ ਦੇ ਵਿੱਚ ਇੱਕ ਅਲੱਗ ਜਿਹਾ ਹੀ ਕਲਰ ਦੇਣੀ ਹੈ ਅਲੱਗ ਜਿਹੀ ਲੁੱਕ ਆਉਂਦਾ ਬਹੁਤ ਸੋਹਣਾ ਲੱਗਦਾ ਫਿਰ ਮੈਨੂੰ ਕੱਲ ਵੀ ਕਿਸੇ ਦਾ ਕਮੈਂਟ ਆਇਆ ਕਿ ਤੁਹਾਡੀਆਂ ਸਾਰੀਆਂ ਬੈੱਡ ਸ਼ੀਟਸ ਬਹੁਤ ਸੋਹਣੀਆਂ ਹੁੰਦੀਆਂ ਨੇ ਤੇ ਬਾਕੀ ਥੈਂਕ ਯੂ ਸੋ ਮੱਚ ਬਾਈ ਤੁਸੀਂ ਮੈਨੂੰ ਕਮੈਂਟ ਕੀਤਾ ਤੇ ਮੈਨੂੰ ਬਹੁਤ ਸਾਰੇ ਕਹਿੰਦੇ ਵੀ ਨੇ ਤੁਹਾਡੇ ਬੈੱਡ ਸ਼ੀਟਸ ਸੋਹਣੀਆਂ ਹੁੰਦੀਆਂ ਨੇ ਚਲੋ ਕੋਈ ਗੱਲ ਨਹੀਂ ਤੁਹਾਡਾ ਥੈਂਕ ਯੂ ਬਾਈ ਤੁਸੀਂ ਤ ਚੰਗਾ ਲੱਗਦਾ ਬਹੁਤ ਸਪੋਰਟ ਬਹੁਤ ਹੀ ਮੋਟੀਵੇਸ਼ਨ ਮਿਲਦੀ ਹੈ ਵੀਡੀਓ ਬਣਾਉਣ ਦੀ ਕੰਮ ਕਰਨ ਦੀ ਹਨਾ ਇੱਕ ਲਾਈਕ ਵਾਲਾ ਬਟਨ ਜ਼ਰੂਰ ਦਬ ਦੋ ਜੇ ਤੁਸੀਂ ਇੱਥੇ ਤੱਕ ਆ ਗਏ ਹੋ ਤੇ ਤੁਹਾਡੇ ਇੱਕ ਲਾਈਕ ਨਾਲ ਕੁਝ ਨਹੀਂ ਹੋਣਾ ਹਨਾ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਹਾਂ ਰਿੱਤੂ ਤੂੰ ਕੰਮ ਕਰ ਰਹੀ ਹੈ ਕਰਦੀ ਰਹਿ ਤੇ ਅੱਗੇ ਵਧ ਰਹੀ ਹੈ ਵੱਧਦੀ ਜਾ ਕੇ ਕੰਮ ਕਰਦੀ ਜਾ ਹਨ ਤੁਹਾਡੇ ਸਾਰਿਆਂ ਲਈ ਕਰਦੀ ਹੈ ਯਾਰ ਉਹ ਕਿੰਨਾਂ ਲਈ ਕਰ ਰਹੀ ਹੈ ਹਨਾ ਇਨੀ ਮਿਹਨਤ ਕਰ ਰਹੀ ਹੈ ਤੁਹਾਡੇ ਸਾਰਿਆਂ ਲਈ ਹਨਾ ਮੈਨੂੰ ਪਤਾ ਹੈ ਮੈਨੂੰ 5 ਮਹੀਨੇ ਹੋ ਗਏ YouTube ਤੇ ਕੰਮ ਕਰਦਿਆਂ ਨੂੰ ਪਹਿਲਾਂ ਤਾਂ ਮੈਂ ਕੁਕਿੰਗ ਵਾਲਾ ਚੈਨਲ ਸ਼ੁਰੂ ਕਰਿਆ ਸੀ 2 ਸਾਲ ਹੋ ਗਏ ਉਹਨਾਂ ਨੂੰ ਤੇ ਉਦੋਂ ਮੈਨੂੰ ਲੱਗਦਾ ਤਿੰਨ ਮਹੀਨੇ ਵੀ ਕੰਮ ਨਹੀਂ ਕਰਿਆ ਓਨਲੀ 2 2.5 ਮਹੀਨੇ ਕੰਮ ਕਰਿਆ ਮੈਂ ਬੋਰ ਹੋ ਗਈ ਸੀ ਪਤਾ ਨਹੀਂ ਯਾਰ ਉਦੋਂ ਮਾਈਂਡ ਚ ਕੀ ਆਇਆ ਨਾਲੇ ਨਾ ਉਦੋਂ ਥੋੜਾ ਜਿਹਾ ਕੁਛ ਇਹੋ ਜਿਹਾ ਵੀ ਹੋਇਆ ਸੀ ਜਿੱਦ ਕਰਕੇ ਮੈਨੂੰ YouTube ਛੱਡਣਾ ਪਿਆ ਹਨਾ ਤਾਂ ਇਸ ਵਾਰ ਮੈਂ ਕਹਿ ਰਹੀ ਹਾਂ ਕਿ ਮੈਂ ਆਪਣੀ ਮਿਹਨਤ ਰੰਗ ਲਾਣੀ ਹੈ ਆਪਣਾ ਕੰਮ ਕਰਨਾ ਹੈ ਵੀ ਇੱਕ ਤੁਹਾਡੇ ਸਾਰੇ ਸਾਹਮਣੇ ਮੈਂ ਪਰਸੋਂ ਇੱਕ ਟਾਈਟਲ ਦਿੱਤਾ ਸੀ ਕਿ ਹਨਾ YouTube ਤੇ ਸਕਸੈਸ ਹੋਣਾ ਮੇਰਾ ਸੁਪਨਾ ਨਹੀਂ ਮੇਰਾ ਜਨੂਨ ਹੈ ਤਾਂ ਮੈਂ ਆਪਣੇ ਜਨੂਨ ਨੂੰ ਪੂਰਾ ਕਰਨਾ ਹੈ ਸੋ ਸਾਰੇ ਜਾਨੇ ਪਲੀਜ਼ ਮੈਨੂੰ ਸਪੋਰਟ ਕਰੋ ਤੁਸੀਂ ਸਾਰੇ ਜਾਨੇ ਤੇ ਇੱਥੇ ਨਾ ਫਿਰ ਮੈਂ ਆਪਣਾ ਜਿਵੇਂ ਸਾਰੀ ਡਸਟਿੰਗ ਹੋ ਗਈ ਸਾਰਾ ਕੰਮ ਨਿਭੜ ਗਿਆ ਉਸ ਵਾ ਝਾੜੂ ਵਗੈਰਾ ਮਾਰਨ ਲੱਗ ਗਈ ਸੀ ਦੋ ਦੋਨਾਂ ਕਮਰਿਆਂ ਦੇ ਵਿੱਚ ਝਾੜੂ ਮਾਰਤਾ ਨਾਲ ਹੀ ਸਾਰੀ ਲੌਬੀ ਦੇ ਵਿੱਚ ਮਾਰ ਲਿਆ ਤੇ ਡਰਾਇੰਗ ਰੂਮ 'ਚ ਵੀ ਮਾਰਤਾ ਸੀ ਕਿਚਨ 'ਚ ਵੀ ਮਾਰ ਲਿਆ ਹੀ ਮੈਂ ਜ਼ਿਆਦਾ ਨਾ ਸ਼ਾਰ ਮੈਨੂੰ ਇਹ ਹੁੰਦਾ ਕਿ ਤੁਹਾਨੂੰ ਜੇ ਕੱਲੀ ਕੱਲੀ ਚੀਜ਼ ਸਾਰਾ ਕੁਝ ਦਿਖਾਉਂਗੀ ਤੁਸੀਂ ਵੀ ਬੋਰ ਹੋਵੋਗੇ ਤੇ ਐਵੇਂ ਕੀ ਫਾਇਦਾ ਜਿੰਨਾ ਕੁ ਪ੍ਰੋਪਰ ਪ੍ਰੋ ਦਿਖਾ ਦਿੰਨੀ ਆ ਕਿ ਹਾਂ ਮੈਨੂੰ ਦੇਖ ਰਹੇ ਹੋ ਤੁਸੀਂ ਤੁਸੀਂ ਜੇ ਮੈਨੂੰ ਪਸੰਦ ਕਰਦੇ ਹੋ ਜਿੱਦਾਂ ਮੈਂ ਤੁਹਾਨੂੰ ਸਰਨ ਦਿਖਾਉਂਗੀ ਤੁਸੀਂ ਉਹਨਾਂ ਨੂੰ ਵੀ ਪਸੰਦ ਕਰੋਗੇ ਮੈਨੂੰ ਪਤਾ ਹੈਗਾ ਤੇ ਬਾਕੀ ਤੁਸੀਂ 2-3 ਦਿਨਾਂ ਤੋਂ ਆਪਦਾ ਪਿਆਰ ਹੈ ਜਿਹੜਾ ਘੱਟ ਦਿਖਾ ਰਹੇ ਹੋ ਵਿਊਜ਼ ਘੱਟ ਆ ਰਹੇ ਮੇਰੀ ਵੀਡੀਓਜ਼ ਤੇ ਪਲੀਜ਼ ਇੱਦਾਂ ਨਾ ਕਰੋ ਯਾਰ ਸਪੋਰਟ ਕਰੋ ਡੀਮੋਟੀਵੇਟ ਨਾ ਹੋਵਾਂ ਮੈਂ ਤਾਂ ਕਰਕੇ ਕਹਿ ਰਹੀ ਹਾਂ ਤੁਹਾਨੂੰ ਕਿ ਮੈਨੂੰ ਮੋਟੀਵੇਟ ਕਰੋ ਉਹ ਵੀ ਵੀਡੀਓ ਬਣਾਓ ਇੱਦਾਂ ਕਰੋ ਉਦਾਂ ਕਰੋ ਸੋ ਪਲੀਜ਼ ਸਪੋਰਟ ਕਰੋ ਤੁਸੀਂ ਤੇ ਮੈਂ ਲਾਈਵ ਵੀ ਆਉਣੀ ਆ ਲਾਈਵ ਵੀ ਆਇਆ ਕਰੋ ਗੱਲਾਂ ਬਾਤਾਂ ਵੀ ਕਰਿਆ ਕਰੋ ਸਾਰੇ ਜਣੇ ਤੇ ਹੁਣ ਇੱਥੇ ਆ ਗਈ ਸੀ ਫਿਰ ਮੈਂ ਆਪਣਾ ਕੀ ਕਹਿੰਦੇ ਆ ਝਾੜੂ ਮਾਰ ਰਹੀ ਸੀ ਨਾ ਤੇ ਹੁਣ ਜਿਹੜਾ ਝਾੜੂ ਐ ਮੈਂ ਮਾਰ ਕੇ ਸਾਰੇ ਇਕੱਠਾ ਕਰਕੇ ਇਹਨੂੰ ਬਾਹਰ ਕੱਟ ਦੂੰਗੀ ਵੀ ਚਲੋ ਇਕੱਠਾ ਲੈ ਜਾਉਂਗੀ ਬਾਹਰੋਂ ਹੀ ਤੇ ਬਸ ਇਹੀ ਕੁਛ ਆਣਾ ਵੀਡੀਓ ਦੇ ਵਿੱਚ ਝਾੜੂ ਮਾਰ ਲਿਆ ਪੋਚਾ ਮਾਰ ਲਿਆ ਇਹ ਕਰ ਲਓ ਕਰ ਲਿਆ ਬਾਕੀ ਤੁਸੀਂ ਸਾਰੇ ਜਣੇ ਸੁਣਾਓ ਮੇਰਾ ਤਾਂ ਚਲੋ ਰੁਟੀਨ ਐ ਚੱਲਦਾ ਰਹਿਣਾ ਤੁਸੀਂ ਆਪਣੇ ਬਾਰੇ ਦੱਸੋ ਸਾਰੇ ਜਣੇ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਿੱਥੇ ਤੱਕ ਮੇਰੀ ਵੀਡੀਓ ਪਹੁੰਚੀ ਜਾਂ ਕੁਝ ਹੋਰ ਕਿਆ ਗੱਲਾਂ ਕਰੀ ਯਾਰ ਕਈ ਵਾਰ ਨਾ ਮੇਰੇ ਮਾਈਂਡ 'ਚ ਇਹਦਾ ਆਉਂਦਾ ਹੈ ਕਿ ਮੈਂ ਇੰਨੀਆਂ ਗੱਲਾਂ ਮਾਰ ਲੈਨੀ ਆ ਕਿ ਗੱਲਾਂ ਹੀ ਨਹੀਂ ਖਤਮ ਹੁੰਦੀਆਂ ਮੇਰੀਆਂ ਪਹਿਲਾਂ-ਪਹਿਲਾਂ ਜਦੋਂ ਮੈਂ YouTube ਤੇ ਕੰਮ ਕਰਦੀ ਸੀ ਨਾ ਕੋਈ ਵੀਡੀਓ ਦੇ ਵਿੱਚ ਰਿਕਾਰਡਿੰਗ ਕਰਨੀ ਹੁੰਦੀ ਸੀ ਨਾ ਮੈਨੂੰ ਸਮਝ ਨਹੀਂ ਆਉਂਦਾ ਹੁੰਦਾ ਸੀ ਮੈਂ ਕੀ ਬੋਲਣਾ ਹੈਗਾ ਬਟ ਹੁਣ ਮੇਰੀ ਜ਼ੁਬਾਨ ਕੈਂਚੀ ਤਰ੍ਹਾਂ ਐ ਚੱਲਦੀ ਏ ਕਿ ਹਾਂ ਵੀ ਮੈਂ ਆਪਣੀ ਫੈਮਿਲੀ ਮੈਨੂੰ ਹੁਣ ਐ ਹੋਣ ਲੱਗਿਆ ਕਿ ਮੈਂ ਆਪਣੀ ਫੈਮਿਲੀ ਨਾਲ ਗੱਲਾਂ ਕਰਦੀ ਹਾਂ ਨਾ ਤਾਂ ਅਗਰ ਕਿ ਤੁਹਾਡੇ ਸਾਰਿਆਂ ਨਾਲ ਮੈਂ ਗੱਲਾਂ ਮਾਰੀ ਚਾਹਨੀ ਹੁੰਦੀਆਂਗੀ ਤੇ ਜੇ ਇੱਥੇ ਤੱਕ ਪਹੁੰਚ ਗਏ ਲਾਸਟ ਤੱਕ ਹਨਾ ਮੇਰੀ ਵੀਡੀਓ ਦੇਖ ਲਈਏ ਤਾਂ ਲਾਈਕ ਵਾਲਾ ਬਟਨ ਜ਼ਰੂਰ ਕਰ ਦਬਾ ਦਿਓ ਸ਼ੇਅਰ ਕਰਨਾ ਨਾ ਭੁੱਲਿਓ ਆਪਣੇ ਫਰੈਂਡਸ ਨਾਲ ਹਨਾ ਤੇ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾਇਓ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ ਕਰਨ ਦੇ ਨਾਲ ਆ ਨੋਟੀਫਿਕੇਸ਼ਨ ਵਾਲਾ ਬੈਲ ਜ਼ਰੂਰ ਦਬਾਇਆ ਕਰੋ ਤਾਂ ਕਿ ਜਦੋਂ ਮੈਂ ਵੀਡੀਓ ਪਾਵਾਂ ਤਾਂ ਉਹ ਜਲਦੀ ਜਲਦੀ ਮਿਲ ਸਕੇ ਜੀ ਦੋਸਤੋ ਤੁਸੀਂ ਸਾਰਿਆਂ ਦੇਖੀ ਲਿਆਣਾ ਮੇਰਾ ਰੁਟੀਨ ਤੇ ਸਵੇਰੇ ਅਸੀਂ ਨਾਸ਼ਤਾ ਵਗੈਰਾ ਸਾਰਿਆਂ ਦਾ ਹੋ ਗਿਆ ਹੋਣਾ ਤੇ ਹੁਣ ਮੈਂ ਝਾੜੂ ਵਗੈਰਾ ਲਗਾ ਕੇ ਆਈਆਂ ਵੀ ਡਸਟਿੰਗ ਕਰੀ ਝਾੜੂ ਮਾਰਿਆ ਤੇ ਹਲੇ ਪੋਚਾ ਰਹਿ ਗਿਆ ਤੇ ਮੋਕਸ਼ੀ ਦਾ ਅੱਜ ਐਗਜ਼ਾਮ ਸੀਗਾ ਮੋਕਸ਼ੀ ਦਾ ਐਗਜ਼ਾਮ ਸੀਗਾ ਤੇ ਅੱਜ ਉਹਨੂੰ ਜਲਦੀ ਲਿਆਣਾ 11:30 ਵਜੇ ਅੱਗੇ 12:30 ਵਜੇ ਆਉਂਦੀ ਹੈਗੀ ਤੇ ਮੈਂ ਤੇ ਪਾਪਾ ਜਾ ਰਹੇ ਮੈਂ ਕਿ ਚਲੋ ਮੋਕਸ਼ ਨੂੰ ਲੈ ਆਣੇ ਮੈਂ ਵੀ ਅੱਜ ਰੈਡੀ ਸ਼ੈਡੀ ਸੀ ਨਾ ਲਈ ਮੈਂ ਥੋੜਾ ਜਾ ਮੈਂ ਕਿ ਚਲੋ ਕੋਈ ਜਵਾਕ ਨੇ ਅੱਜ ਮੈਂ ਲੈ ਕੇ ਆਨੀ ਨਾਲ ਦੇਖ ਕੇ ਨੇ ਕੀ ਕਰਦੀ ਸਕੂਲ ਦੇ ਵਿੱਚ ਸੋਬਸ ਤੁਸੀਂ ਵੀ ਨਾਲ ਚੱਲੋ ਮੇਰੇ ਸੋ ਹਾਂਜੀ ਫੈਮਿਲੀ ਮੈਂ ਮਮ ਆਕਸ਼ਨਸ ਕੋਲ ਉਹ ਲੈ ਆਈ ਸੀ ਉਹ ਬੈਠੀ ਹੈ ਮੌਕਸ਼ੀ ਤੇ ਪੋਇਮ ਵਗੈਰਾ ਦੇਖ ਰਹੀ ਹੈ ਤੇ ਚੀਜ਼ ਵਗੈਰਾ ਖਾ ਰਹੀ ਹੈ ਤੇ ਬਸ ਅੱਜ ਦਾ ਐਗਜ਼ਾਮ ਸੀ ਕਹਿੰਦੀ ਵਧੀਆ ਹੋ ਗਿਆ ਮੈਮ ਨੂੰ ਪੁੱਛਿਆ ਸੀ ਮੈਂ ਕਿ ਮੈਮ ਮੌਕਸ਼ੀ ਨੇ ਕਿੱਦਾਂ ਹੋਣਾ ਆਉਂਦਾ ਹੈ ਉਹ ਸੀਗਾ ਔਰਲ ਸੀ ਇੰਗਲਿਸ਼ ਦਾ ਤੇ ਬਟ ਮੈਮ ਨੇ ਕਿਹਾ ਠੀਕ ਕਰ ਲਿਆ ਚਲੋ ਵੀ ਆਪਦੀ ਮਰਜ਼ੀ ਨਾਲ ਕਰ ਦੇਣਾ ਬੱਚਾ ਲੈ ਛੋਟਾ ਹੈਗਾ ਤੇ ਬਾਕੀ ਸਭ ਕੁਝ ਚਲੋ ਵਧੀਆ ਕਰਤਾ ਹੈ ਨੇ एग्जाम ਮੇਰਾ ਵਧੀਆ ਹੋ ਗਿਆ ਤੇ ਇੱਕ ਗੱਲ ਹੋਰ ਤੁਹਾਨੂੰ ਸਾਰਿਆਂ ਨੂੰ ਦੱਸਣੀ ਸੀ ਕਿ ਮੇਰੇ ਚਾਚਾ ਜੀ ਦੇ بیٹے ਦਾ ਆਪਰੇਸ਼ਨ ਹੋਇਆ ਸੀਗਾ ਪਿਛਲੇ ਕੁਛ ਪਿਛਲੇ ਹਫਤੇ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਲੌਗ ਰਾਹੀਂ ਦੱਸਿਆ ਸੀਗਾ ਤੇ ਉਹਦੇ ਨਾਲ ਹੁਣ ਇਨਫੈਕਸ਼ਨ ਵਗਾਰਾ ਆਈ ਹੈ ਤੇ ਉਹ ਫੇਰ ਐਡਮਿਟ ਹੋਇਆ ਹਸਪੀਟਲ 'ਚ ਥਈ ਮੇਰੇ ਨਾਲ ਹੀ ਹਸਪੀਟਲ ਹੈਗਾ ਤੇ ਫੇਰ ਉਹਦੀ ਵੀ ਮੈਂ ਹਲੇ ਦੁਪਹਿਰ ਦੀ ਰੋਟੀ ਭੇਜਣੀ ਅੱਜ ਆਪਾਂ ਕੜੀ ਬਣਾਈ ਹੈਗੀ ਤੇ ਬਸੋ ਕੜੀ ਬਣਾ ਲਈ ਆਟਾ ਗੁੰਨਣ ਲੱਗੀਆਂ ਤੇ ਦਲੀਆ ਬਣਾਇਆ ਉਹਦੇ ਵਾਸਤੇ ਹੁਣੇ ਮੈਂ ਤੇ ਬਸ ਨਾਲ ਦਲੀਆ ਭੇਜ ਦੂੰਗੀ ਤੇ ਨਾਲ ਕੜੀ ਨਾਲ ਫੁੱਲ ਕੇ ਭੇਜਾਂਗੀ ਸਾਰਿਆਂ ਲਈ ਵੀ ਜਿਹੜੇ ਉੱਥੇ ਖਾ ਲੈਣਗੇ ਮੇਰੇ ਹਸਬੰਦ ਛੱਡਦੇ ਆਣਗੇ ਇਹਨਾਂ ਦੀ ਇਹਨਾਂ ਦੇ ਨਾਲ ਹੀ ਦੁਕਾਨ ਤੇ ਭੇਜ ਦੂੰਗੀ ਰੋਟੀ ਵੀ ਮੇਰੇ ਹਸਬੰਦ ਦੇ ਆਣਗੇ ਤੇ ਬਸ ਹੁਣ ਮੈਂ ਰੋਟੀ ਪਕਾਉਂਗੀ ਮੈਂ ਤੁਹਾਨੂੰ ਹਨਾ ਬਸ ਥੋੜਾ ਬਹੁਤ ਦਿਖਾ ਦਿੰਗੇ ਤੁਹਾਨੂੰ ਸਾਰਿਆਂ ਨੂੰ ਬਸ ਵਲੌਗ ਦੇ ਵਿੱਚ ਲਾ ਸਕ ਜੂਰ ਬਣੇ ਰਹੋ ਸੋ ਹਾਂਜੀ ਫੈਮਿਲੀ ਹੁਣ ਨਾ ਮੈਂ ਕਿਚਨ ਦੇ ਵਿੱਚ ਆ ਚੁੱਕੀ ਸੀ ਤੇ ਮੈਂ ਇੱਕ ਤਾਂ ਆਟਾ ਗੁੰਨਣਾ ਸੀ ਕਿਚਨ ਦੇ ਵਿੱਚ ਤੇ ਦੂਜਾ ਮੈਂ ਨਾ ਇੱਥੇ ਦਲੀਆ ਦੇਖ ਰਹੀ ਸੀ ਦਲੀਆ ਰੱਖਿਆ ਹੋਇਆ ਸੀ ਬਨਣੇ ਤੇ ਦਲੀਆ ਮੈਂ ਸਿੰਮ ਗੈਸ ਤੇ ਬਣਾ ਰਹੀ ਸੀਗੀ ਚਲੋ ਵਧੀਆ ਰਿਜੇ ਜਿੱਕੇ ਹੋਰ ਵੀ ਸਵਾਦ ਬੰਦਾਗਾ ਜਿੰਨਾ ਰਝਾਵਾਂਗੇ ਨਾਲੇ ਓਨਾ ਵਧੀਆ ਬਣੂਗਾ ਤੇ ਨਾਲੇ ਓਨਾ ਹੀ ਵਧੀਆ ਰਿਜੇਗਾ ਗੜਾ ਗੜਾ ਇਹ ਬੰਦਾ ਬਹੁਤ 테ਸੀ ਲੱਗਦਾ ਫਿਰ ਤਾਂ ਵੈਸੇ ਮੈਂ ਦਲੀਆ ਘਟਖਾਨੀ ਹੈ ਮੈਂ ਤਾਂ ਬਹੁਤ ਘਟਖਾਨੀ ਮਿੱਠਾ ਦਲੀਆ ਬਣਾ ਰਹੀ ਸੀ ਇੱਥੇ ਮੈਂ ਤੇ ਨਾਲ ਹੀ ਆਟਾ ਵਗੈਰਾ ਛਾਣ ਰਹੀ ਸੀ ਮੈਂ ਚਲੋ ਨਾਲ ਹੀ ਆਟਾ ਗੁੰਨ ਲੈਨੀ ਆ ਤੇ ਆਟੇ ਨੂੰ ਮੈਂ ਗੋਏ ਐ ਵੀ ਐਵੇਂ ਹੀ ਰੱਖ ਦੂੰਗੀ 5 ਮਿੰਟ ਕਿਉਂਕਿ ਮੈਨੂੰ ਇੱਥੇ ਨਾ ਮੋਕਸ਼ੀ ਬੁਲਾਣ ਲੱਗ ਗਈ ਸੀ ਫਿਰ ਮੈਂ ਇੱਧਰ ਉੱਧਰ ਚਾਰੀ ਸੌਦੇ ਨਾਲ ਹਨਾ ਵਿੱਚ ਚਲੋ ਉਹ ਵੀ ਨ ਦੇਣਾ ਪੈਂਦਾ ਹੈਗਾ ਤੇ ਬਸ ਨਾਲ ਹੀ ਆਟਾ ਗੁੰਨ ਕੇ ਹਨਾ ਮੈਂ ਉਸ ਤੋਂ ਬਾਅਦ ਫੁਲਕੇ ਵਗੈਰਾ ਬਣਾ ਲੇ ਸੀ ਹਸਪੀਟਲ ਰੋਟੀ ਭੇਜਦੀ ਸੀਗੀ ਤੇ ਅੱਗੇ ਮੈਂ ਸ਼ੂਟ ਨਹੀਂ ਕਰਿਆ ਸੀ ਕਿਉਂਕਿ ਹਨਾ ਅੱਗੇ ਬਹੁਤ ਫਿਰ ਮੈਨੂੰ ਗਰਮੀ ਲੱਗਣ ਲੱਗ ਗਈ ਸੀ ਕਿਉਂਕਿ ਵਾਵਾ ਸਾਰੇ ਫੁਲਕੇ ਬਣਾਏ ਹਨਾ ਵਾਵਾ ਸਾਰਾ ਕੰਮ ਕਰ ਰਹੀ ਸੀਗੀ ਤੇ ਮੈਂ ਚਾਹ ਕਰਕੇ ਸ਼ੋਰਟ ਨਹੀਂ ਲਿਆ ਸੀ ਫਿਰ ਮੈਨੂੰ ਇਦਾਂ ਵੀ ਹੋ ਰਿਹਾ ਸੀ ਕਿ ਜਿਹੜੀ ਮੇਰੀ ਵੀਡੀਓ ਉਹ ਵੀ ਲੰਬੀ ਹੋ ਜਾਏਗੀ ਵੀ ਚਲੋ ਕੋਈ ਨਹੀਂ ਹੁਣ ਏਡਾ ਕੋ ਬਲੌਗ ਬਣਾ ਲੈਂਗੇ ਕਿਉਂਕਿ ਮੇਰਾ ਮੇਰੀ ਲਿਮਿਟ ਹੈ 15 16 ਤੇ 17 ਵੀ ਇਸ ਤੋਂ ਜ਼ਿਆਦਾ ਲੰਬਾ ਬਲੌਗ ਨਹੀਂ ਬਣਾਉਣਾ ਇ ਨਾ ਹੀ ਛੋਟਾ ਹੈ ਨਾ ਹੀ ਵੱਡਾ ਬਲੌਗ ਵੀ ਠੀਕ ਹੁੰਦਾ ਚਲੋ ਤੁਸੀਂ ਸਾਰੇ ਜਣੇ ਐਂਟਰਟੇਨ ਹੋ ਕੇ ਦੇਖਦੇ ਹੋ ਵਧੀਆ ਲੱਗਦਾ ਹੈਗਾ ਤੇ ਜੇ ਤੁਹਾਨੂੰ ਸਾਰਿਆਂ ਨੂੰ ਮੇਰਾ ਬਲੌਗ ਪਸੰਦ ਆਇਆਗਾ ਲਾਈਕ ਸ਼ੇਅਰ ਕਰਦੇ ਹੋ ਤੇ ਹਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਕੋਈ ਮੇਰੇ ਚੈਨਲ ਤੇ ਹਨਾ ਪਹਿਲੀ ਵਾਰ ਆਇਆ ਨੋਟੀਫਿਕੇਸ਼ਨ ਵਾਲਾ ਬੈਲ ਜਰੂਰ ਦਬਾਓ ਤਾਂ ਕਿ ਤੁਹਾਨੂੰ ਮੇਰੇ ਵੀਡੀਓ ਜਲਦੀ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਿ ਮੈਨੂੰ ਰਿਵਿਊ ਮੈਨੂੰ ਪਤਾ ਤਾਂ ਲੱਗੇ ਯਾਰ ਤੁਹਾਨੂੰ ਵੀਡੀਓ ਕਿੱਦਾਂ ਲੱਗ ਪਲੀਜ਼ ਬਾਏ ਬਾਏ ਟੇਕ ਕੇਅਰ ਮਾਈ YouTube ਫੈਮਲੀ ਸਾਰੇ ਜਣੇ ਆਪਣਾ ਧਿਆਨ ਰੱਖਿਓ